ਵੜਾਂ ਦੇ ਕੀ ਹਾਲਾਤ ਨੇ ਜੀ? ਹੜ੍ਹਾਂ ਦਾ ਇੱਕ ਤਾਂ ਗੱਲ ਹੈ ਜੀ ਕਿ ਪਹਿਲਾਂ ਨਾਲੋਂ ਘੱਟ ਹੋਇਆ ਇਹ ਸਾਰੇ ਪਾਸੇ ਜਦੋਂ ਆਪਾਂ ਦੇਖੀਏ, ਪਰ ਹਜੇ ਹਾਂਜੀ ਕੁਦਰਤ ਦੀ ਕਰੋਪੀ ਹੈ ਜਿਹੜੀ ਉਹ ਨਹੀਂ ਘਟੀ। ਖਤਰੇ ਆਪਾਂ ਨੂੰ ਪਤਾ ਕਿ ਬਰਕਰਾਰ ਨੇ, ਪਰ ਜਿਹੜੇ ਸਭ ਤੋਂ ਵੱਡੀ ਗੱਲ ਹੈ ਨਾ ਰਾਓ ਸਾਹਿਬ, ਉਹ ਮਨੁੱਖਾਂ ਦੇ ਨਾਲੋਂ ਜਾਨਵਰਾਂ ਦੇ ਉੱਤੇ ਵੱਡਾ ਕਹਿਰ ਹੈ ਕੁਦਰਤ ਦਾ, ਉਹ ਟੁੱਟ ਰਿਹਾ ਹੈ। ਜਦੋਂ ਹੜ੍ਹ ਹਾਂਜੀ ਆਏ ਬਥੇਰੇ ਲੋਕਾਂ ਦੇ ਜਾਨਵਰ ਆ ਉਹ ਕਿੱਲਿਆਂ ਨਾਲ ਬੱਝੇ ਰਹਿ ਗਏ। ਉਮੀਦ ਨਹੀਂ ਹੁੰਦੀ ਨਾ ਸਾਨੂੰ ਮਰਦੇ ਹੋਏ ਬੰਦੇ ਦੇ ਹੱਥ ਦੇ ਵਿੱਚ ਵੀ, ਤੁਸੀਂ ਦੇਖੋ ਕਈ ਵਾਰੀ ਜਿਹੜਾ ਕੰਮ ਕਰਦਾ ਹੁੰਦਾ ਉਹੀ ਰਹਿ ਜਾਂਦਾ। ਉਹੀ ਹਾਲਾਤ ਸ਼ਾਇਦ ਇੱਥੇ ਰਹੇ ਕਿ ਜਿਹੜੇ ਪਸ਼ੂਆਂ ਦੇ ਮਾਲਕ ਸੀ, ਜਿਨ੍ਹਾਂ ਨੇ ਉਹ ਰੱਖੇ ਹੋਏ ਸੀ ਮਵੇਸ਼ੀ, ਉਹ ਵਿਚਾਰਿਆਂ ਦੇ ਉਹਨਾਂ ਦੇ ਜਿਹੜੇ ਰੱਸੇ ਤੱਕ ਨਹੀਂ ਵੱਢੇ, ਸੰਗਲ ਤੱਕ ਨਹੀਂ ਲਾਹੇ ਗਏ। ਕਿੰਨੇ ਥਾਵਾਂ ਦੇ ਉੱਤੇ ਆਪਾਂ ਦੇਖਿਆ ਕਿ ਕਿੱਲਿਆਂ ਦੇ ਨਾਲ ਨੂੜੇ ਉਹ ਜਾਂ ਤਾਂ ਮਰ ਗਏ ਜਾਂ ਮਰਨ ਕਿਨਾਰੇ ਨੇ, ਕਿਉਂਕਿ ਜਿਹੜੇ 2-4 ਘੰਟੇ ਪਾਣੀ 'ਚ ਰਹਿ ਜਾਣ ਜਾਨਵਰ ਤਾਂ ਠੀਕ ਹੈ, ਜੇ ਵੱਧ ਟਾਈਮ ਰਹਿਣਗੇ ਤਾਂ ਨੁਕਸਾਨ ਹੀ ਹੈ। ਦੂਜਾ ਇਹ ਹੈ ਕਿ ਪਾਣੀ ਸਾਫ਼ ਨਹੀਂ, ਬੜਾ ਕੁਛ ਇਹਦੇ 'ਚ ਰਲਿਆ ਮਿਲਿਆ, ਬਿਮਾਰੀਆਂ ਬਥੇਰੀਆਂ ਲੱਗੀਆਂ ਹੋਣਗੀਆਂ। ਹੁਣ ਪਸ਼ੂਆਂ ਦੇ ਵਾਸਤੇ ਸਭ ਤੋਂ ਵੱਡੀ ਸਮੱਸਿਆ ਹੈ ਹਰਾ ਚਾਰਾ, ਤੂੜੀ। ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਇੱਕ ਬੰਦਾ ਹੈ ਜੇ ਮੰਨ ਲਓ ਉਹਨੂੰ 2 ਰੋਟੀਆਂ ਦੀ ਲੋੜ ਹੈ, ਜਿਵੇਂ ਕੱਲ ਇੱਕ ਸਰਦਾਰ ਬਾਪੂ ਦੀ ਵੀਡੀਓ ਘੁੰਮ ਰਹੀ ਹੈ, ਉਹਦੀ ਜੇਬ ਦੇ ਵਿੱਚ 1 ਰੋਟੀ ਗਿੱਝੇ 'ਚ ਪਾਈ ਹੋਈ ਹੈ, 1 ਰੋਟੀ ਸ਼ਾਇਦ ਇੱਕ ਦੇ ਨਾਲ ਵੀ ਗੁਜ਼ਾਰਾ ਕਰ ਲੇ। ਅਗਲਾ ਕਹਿੰਦਾ ਚੱਲ ਕੀ ਮਰਦੇ ਆ, ਕੱਲ ਕੱਲ ਨੂੰ ਖਾ ਲਾਂਗੇ। ਪਰ ਪਸ਼ੂ ਹੈ ਜਿਹੜੇ, ਜੇ ਉਹਨੂੰ ਆਪਾਂ ਥੋੜੇ ਤੋਂ ਥੋੜਾ ਵੀ ਪਾਵਾਂਗੇ, 1 ਟੋਕਰਾ ਤਾਂ ਚਾਹੀਦਾ। ਉਹਨਾਂ ਥਾਵਾਂ ਦੇ ਉੱਤੇ ਦੂਰ ਦੂਰ ਤੱਕ ਜਿਵੇਂ ਹਰਾ ਚਾਰਾ ਲਿਜਾਣਾ ਵੀ ਸਮੱਸਿਆ ਗਈ ਬੇਸ਼ੱਕ। ਚਲੋ ਜਦੋਂ ਕੁਦਰਤ ਕੁਛ ਨਾ ਕੁਛ ਕਰਦੀ ਆ ਨਾ, ਤਾਂ ਉਹਨੇ ਕੁਛ ਚੰਗਾ ਵੀ ਕਰਨਾ ਹੁੰਦਾ। ਤੁਸੀਂ ਦੇਖੋ ਕਿ ਜਿਹੜੇ ਵੇਲੇ ਇਹ ਆਫ਼ਤ ਆਈ ਆ ਤਾਂ ਸਾਡੇ ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਮੱਕੀ ਦੇ ਭਰੇ ਖੇਤ ਖੜੇ ਆ। ਬਥੇਰੇ ਲੋਕ ਆ ਜਿਹੜਿਆਂ ਨੇ ਕਹਿਤਾ ਕਿ ਯਾਰ ਜੇ 10 ਕਿੱਲੇ ਬੀਜਿਆ ਤਾਂ 1 ਕਿੱਲਾ ਘੱਟ ਬਾਲਾਂਗੇ, ਉਹ ਉੱਥੇ ਭੇਜ ਰਹੇ ਨੇ ਜਾਂ ਪਿੰਡਾਂ ਚੋਂ ਟਰਾਲੀਆਂ ਆ ਰਹੀਆਂ। ਉਹ ਲੋਕਾਂ ਨੇ ਇਹ ਵੀ ਯਤਨ ਕਰ ਲਏ ਨੇ ਕਿ ਰਲ ਮਿਲ ਕੇ ਜੇ ਕਿਸੇ ਨੇ ਵਾਹਣ ਥੋੜਾ ਹੈਗਾ ਉਹਦੇ ਕੋਲੇ, ਉਹਤੋਂ ਮੁੱਲ ਲੈ ਕੇ ਗਾਹਾਂ ਉਹ ਵੇਚ ਇੱਥੇ ਦੇ ਰਹੇ ਆ ਫ੍ਰੀ ਦੇ ਵਿੱਚ। ਸੋ ਤੂੜੀ ਦੀ ਸਮੱਸਿਆ ਆਉਣ ਵਾਲੇ ਦਿਨਾਂ 'ਚ ਆਉਣੀ ਹੈ, ਜਿੱਥੇ ਪਾਣੀ ਹਾਂਜੀ ਖੜਾ ਤੂੜੀ ਗਲ ਗਈ, ਉਹ ਬੇਸ਼ੱਕ ਸੁਕਾ ਕੇ ਥੋੜੀ ਬਹੁਤ ਖਾਣ ਯੋਗ ਤਾਂ ਪਸ਼ੂਆਂ ਦੇ ਰਹਿ ਜੂਗੀ, ਪਰ ਉਹੋ ਜਿਹੀ ਤਾਂ ਹੋਣੀ ਨਹੀਂ ਜਿਹੋ ਜਿਹੀ ਉਹ ਪਹਿਲਾਂ ਖਾਂਦੇ ਸੀ। ਆਉਣ ਵਾਲੇ ਦਿਨਾਂ 'ਚ ਇਹ ਵੱਡੀਆਂ ਸਮੱਸਿਆਵਾਂ ਆਉਣਗੀਆਂ। ਦੂਜਾ ਜਿਹੜੀ ਗੱਲ ਚੱਲਦੀ ਹੈ ਕਿ ਇਹ ਜਿਹੜੇ ਫਲੱਡ ਹੈ ਇਹ ਇਕੱਲੇ ਕੁਦਰਤ ਕਰਕੇ ਨਹੀਂ ਆਏ, ਇਨਸਾਨੀ ਗਲਤੀਆਂ ਕਰਕੇ ਵੀ ਆਏ ਆ। ਇਹਦੇ ਤੇ ਮੋਹਰ ਹੈ ਜਿਹੜੀ ਕੱਲ ਖੁਦ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਵੀ ਲਾਈ। ਉਹਨਾਂ ਨੇ ਜਲੰਧਰ ਵਾਲੀ ਸਾਈਡ ਦੇ ਉੱਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੇ ਗਿੱਦੜਾਣੀ ਵਾਲਾ ਜਿਹੜਾ ਉਹ ਸੀਗਾ ਪੁਲ, ਉਹਦੇ ਜਿਹੜੇ ਗੇਟ ਸੀ ਉਹ ਬੰਦ ਹੋਣ ਦੀ ਗੱਲ ਵੀ ਆਖੀ ਕਿ ਸਿਲਟ ਦੇ ਕਰਕੇ ਉਹ ਸਾਰੇ ਬੰਦ ਕੀਤੇ ਪਏ ਸੀ, 12-12 15-15 ਫੁੱਟ ਉਹਦੇ ਤੇ ਸਿਲਟ ਚੜੀ ਹੋਈ ਸੀ। ਸੋ ਉਹ ਚੀਜ਼ਾਂ ਵੀ ਇਸ਼ਾਰੇ ਕਰਦੀਆਂ ਕਿ ਸਾਫ਼ ਸਫਾਈ ਕਿਸੇ ਨੇ ਨਹੀਂ ਕੀਤੀ, ਬਿਆਨਬਾਜ਼ੀ ਸਾਰੇ ਕਰੀ ਜਾਂਦੇ ਆ। ਹਾਂਜੀ ਤੇ ਰਹੀ ਗੱਲ ਹੈ ਕਿ ਸਿਆਸੀ ਲੋਕਾਂ ਦੀ, ਜੈਇੰਦਰ ਕੌਰ ਤੇ ਜੋੜੇ ਮਾਜਰਾ ਹੋਰਾਂ ਦੀ ਵੀਡੀਓ ਬਹੁਤ ਸਾਰੇ ਲੋਕਾਂ ਨੇ ਦੇਖੀ ਹੈ, ਬੁਰਾ ਮਨਾਇਆ ਦੋਵਾਂ ਦਾ ਹੀ। ਹੁਣ ਮੁੱਖ ਮੰਤਰੀ ਸਾਹਿਬ ਹੈ ਜਦੋਂ ਸੰਗਰੂਰ ਵਾਲੇ ਪਾਸੇ ਇਧਰੋਂ ਪਾਤੜਾਂ ਪਾਲਣ ਨੂੰ ਗਏ ਆ, ਉਹਨਾਂ ਦਾ ਇੱਕ ਕਲਿੱਪ ਆ ਜਿਹੜਾ ਇੱਕ ਮਿੰਟ ਦਾ ਉਹ ਘੁੰਮ ਰਿਹਾ ਕਿ ਕਿਵੇਂ ਫੋਟੋ ਸ਼ੂਟ ਹੋ ਰਹੀ ਹੈ। ਇੱਕੋ ਥਾਂ ਦੇ ਉੱਤੇ ਇੱਕ ਪਾਸੇ ਉਹ ਕਰੇਨ ਜੀ ਖੜੀ ਆ, ਉਧਰ ਨੂੰ ਹੋ ਜਾਂਦੇ ਆ, ਤੇ ਇੱਕ ਪਾਸੇ ਫੁਟਕ ਪਾਣੀ ਆ ਉਧਰ ਵੀ, ਇੱਥੇ ਫੋਟੋ ਠੀਕ ਹੋ, ਉਹ ਸਾਰਾ ਕੁਛ ਦਿਸ ਰਿਹਾ। ਕੁਛ ਲੋਕ ਉਹਨੂੰ ਐਡਿਟ ਵੀ ਕੀਤੀ ਕਹਿੰਦੇ ਆ, ਪਰ ਕਹਾਣੀ ਸਭ ਦੇ ਸਾਹਮਣੇ ਵੀ। ਦੂਜੇ ਪਾਸੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੇ ਜਵਾਬ ਸਰਕਾਰ ਦੇ ਕੋਲੇ ਹੈ ਨਹੀਂ। ਸਿੱਧੂ ਸਾਹਿਬ, ਤੁਸੀਂ ਹੜ੍ਹਾਂ ਨਾਲ ਇਨਸਾਨੀ ਗਲਤੀ ਦੀ ਜਾਣੀ ਗੱਲ ਕੀਤੀ ਹੈ, ਸੀਚੇਵਾਲ ਸਾਹਿਬ ਨੇ ਕਿਹਾ ਹੈ, ਉਹਨਾਂ ਤੋਂ ਤਾਂ ਇੱਕ ਇਨਸਾਨੀ ਗਲਤੀ ਹੋਰ ਹੋ ਗਈ ਸੀ। ਕੱਲ੍ਹ ਕਿਸ਼ਤੀ ਉਹਨਾਂ ਦੀ ਡਿੱਗ ਡੋਲੇ ਖਾਣ ਲੱਗ ਗਈ ਸੀ, ਵਿੱਚੇ ਮੁੱਖ ਮੰਤਰੀ ਸਾਹਿਬ ਸੀਗੇ ਜੀ, ਵਿੱਚੇ ਆਪ ਸੀਗੇ, ਉਹ 2 ਜਣੇ ਬੈਠੇ ਸੀ ਤੇ ਧੂੰਆਂ ਛੱਡ ਰਹੇ ਸੀ, ਉਹ ਪੀਟਰ ਰੇੜੇ ਵਾਂਗੂ ਹੋਰੀ ਚੰਦ ਚੜ੍ਹ ਜਾਣਾ ਸੀ ਉੱਥੇ, ਮੈਨੂੰ ਲੱਗਦਾ ਜੀ ਦੇਖਿਆ ਸ਼ਾਇਦ ਤੁਸੀਂ ਗੱਲ ਵੀਡੀਓ। ਤਾਂ ਫਿਰ ਉਹੀ ਹੈ ਨਾ, ਹੁਣ ਜੇ ਕਿ ਮੁੱਖ ਮੰਤਰੀ ਸਾਹਿਬ ਨੇ ਜਾਣਾ ਹੜ੍ਹਾਂ ਦਾ ਜਾਇਜ਼ਾ ਲੈਣ ਜਾਣਾ ਹੈ, ਤਾਂ ਨਾਲ ਉਹਨਾਂ ਦੇ ਸੁਰੱਖਿਆ ਗਾਰਡ ਵੀ ਚਾਹੀਦੇ ਆ। ਆ ਦੂਜੇ ਹਾਂਜੀ ਚਿਹਰੇ ਮੂਹਰੇ ਦਿਖਾਉਣ ਵਾਲੇ ਲੋਕ ਵੀ ਵਿੱਚ ਫਿਰ ਧੌਣਾ ਗੜਗੜ ਆ ਜਾਂਦੇ ਆ। ਪੁਖਤਾ ਪ੍ਰਬੰਧ ਹਾਂਜੀ ਤਾਂ ਸਰਕਾਰ ਨੂੰ ਕਰਨੇ ਚਾਹੀਦੇ ਆ ਨਾ ਇਹਨਾਂ ਚੀਜ਼ਾਂ ਦੇ ਵਾਸਤੇ ਕਿ ਭਾਈ ਜੇ ਜਾਣਾ ਹੈ ਜਿੱਥੇ ਜਿੱਥੇ ਜਾਣਾ ਹੈ, ਕਿਉਂਕਿ ਹਾਂਜੀ ਲਾਜ਼ਮੀ ਵੀ ਹੁੰਦੀਆਂ ਕੁਛ ਕੁ ਚੀਜ਼ਾਂ, ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਲੋਕ ਆ ਉਹਨਾਂ ਦਾ ਉੱਥੇ ਪਹੁੰਚਣਾ ਤੇ ਦਿਖਾਵਾ ਵੀ ਹਾਂਜੀ ਹੁੰਦਾ ਹੈ। ਇਹ ਵੀ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਮੈਂ ਫਿਰੋਜ਼ਪੁਰ ਦੀ ਗੱਲ ਵੀ ਨਾਲ ਛੇੜਨ ਲੱਗਿਆ ਸੀਗਾ ਕਿ ਫਿਰੋਜ਼ਪੁਰ ਦੇ ਵਿੱਚ ਮੁੱਖ ਮੰਤਰੀ ਗਏ ਨੇ, ਉੱਥੇ ਇੱਕ ਨੌਜਵਾਨ ਜਿਹੜਾ ਸਵਾਲ ਕਰਦਾ ਕਹਿੰਦਾ ਜੀ ਮੈਂ ਤੁਹਾਨੂੰ ਪਹਿਲਾਂ ਕਿਸਾਨ ਮੇਲੇ ਤੇ ਵੀ ਮਿਲਿਆ, ਸ਼ਾਇਦ ਮੈਨੂੰ ਪਛਾਣ ਦੇ। ਜਿਹੜੀ ਤਾਂ ਗੱਲ ਹੈ ਪਛਾਣਨ ਵਾਲੀ, ਉਹ ਤਾਂ ਜਾਣ ਪਹਿਚਾਣ ਨਹੀਂ ਕੱਢਣ ਦਾ ਫਾਇਦਾ, ਅਗਲਿਆਂ ਦੀਆਂ ਅੱਖਾਂ ਬਦਲੀਆਂ ਹੁੰਦੀਆਂ ਅੱਜ ਕੱਲ੍ਹ। ਰਹੀ ਗੱਲ ਅਗਲੀ ਕਿ ਜਿਹੜਾ ਸਵਾਲ ਖੜਾ ਕੀਤਾ ਉਹ ਮੁੰਡੇ ਨੇ ਕਿ ਜੀ ਆਹ ਜਿਹੜੀਆਂ ਨਹਿਰਾਂ ਨੇ ਰਾਜਸਥਾਨ ਵਾਲੀ, ਉਹ ਤਾਂ ਖਾਲੀ ਜਾਂਦੀਆਂ,
ਕਹਿੰਦਾ ਨੇੜੇ ਆ ਜਾ ਹਾਂਜੀ ਨੇੜੇ, 18,000 ਇੱਕ ਕਿਊਸਿਕ ਤੋਂ ਵੱਧ ਪਾਣੀ ਨਹੀਂ ਛੱਡ ਸਕਦੇ। ਉਹ ਕਹਿੰਦਾ ਜੀ ਹਾਂਜੀ ਮੇਰਾ ਤਾਂ ਜਮਾ ਖਾਲੀ ਪਈਆਂ। ਉਦੋਂ ਬਾਅਦ ਫਿਰ ਉਹ ਮੁੱਖ ਮੰਤਰੀ ਸਾਹਿਬ ਕਹਿੰਦਾ ਮੇਰਾ ਕੱਲ ਵਾਲਾ ਬਿਆਨ ਪੜਿਆ, ਮੇਰਾ ਆਹ ਸੁਣਿਆ ਹਰਿਆਣਾ ਪਾਣੀ ਨਹੀਂ ਲੈ ਰਿਹਾ। ਯਾਰ ਬਿਆਨਾਂ ਦੇ ਉੱਤੇ ਥੋੜੋ ਗੱਲ ਚੱਲਦੀ ਹੁੰਦੀ ਹੈ, ਅਸਲ ਗੱਲ ਹੈ ਜਿਹੜੀ ਉਹ ਦੇਖਣ ਵਾਲੀ ਹੈ ਕਿ ਸ਼ਾਇਦ ਸਰਕਾਰ ਨੂੰ ਇਹ ਲੱਗਦਾ ਕਿ ਰਾਜਸਥਾਨ 'ਚ ਵੋਟਾਂ ਨੇ, ਜੇ ਪਾਣੀ ਛੱਡਤਾ ਕਿਤੇ ਰਾਜਸਥਾਨ ਵਾਲੀਆਂ ਵੋਟਾਂ ਨਾ ਕਰੰਟ ਹੋ ਜਾਣ। ਸਮੱਸਿਆ ਇਹ ਵੀ ਨਾਲ ਨਾਲ ਹੈ, ਪੰਜਾਬ ਵਾਲੇ ਤਾਂ ਮਰੇ ਹੀ ਆ, ਇਹਨਾਂ ਨੇ ਕਿਹੜਾ ਬੋਲਣਾ ਹੋਣਾ। ਸੋ ਇਹ ਵੀ ਕਾਰਨ ਹੋ ਸਕਦਾ, ਸ਼ਾਇਦ ਇਹ ਸੋਚਣ ਦੀ ਲੋੜ ਹੈ। ਪਰ ਦੂਜੀ ਗੱਲ ਇਹ ਅਹਿਮ ਸਵਾਲ ਹੈ ਕਿ ਉਹ ਜੌੜੀਆਂ ਨਹਿਰਾਂ ਜਿਹੜੀਆਂ ਕਹੀਆਂ ਜਾਂਦੀਆਂ ਹਰੀਕੇ ਪੱਤਣ ਤੋਂ ਜਾਂਦੀਆਂ ਆ, ਜੇ ਉਹ ਇਸ ਵਕਤ ਖਾਲੀ ਨੇ, ਜਿੰਨਾ ਉਹਨਾਂ 'ਚ ਪਾਣੀ ਛੱਡਿਆ ਜਾਂਦਾ ਉਹਦੇ ਨਾਲ ਤਾਂ ਰਾਜਸਥਾਨ ਨਾ ਕਦੇ ਡੁੱਬਿਆ ਨਾ ਡੁੱਬਣਾ, ਕਿਉਂਕਿ ਉਹ ਉੱਥੇ ਕੰਜਪਸ਼ਨ ਵਾਸਤੇ ਹੀ ਜਾਂਦਾ ਸੀਗਾ ਉਹਨਾਂ ਪਾਣੀ। ਉਹ ਜੇ ਬੰਦ ਕੀਤਾ ਗਿਆ ਗਾ ਤਾਂ ਇਹ ਬਹੁਤ ਵੱਡੇ ਸਵਾਲ ਨੇ। ਦੂਜੀ ਗੱਲ ਹੈ ਕਿ ਉਹ ਭਾਈਵਾਲ ਨੇ, ਸਾਡੇ ਗੁਆਂਢੀ ਨੇ, ਜੇ ਪੰਜਾਬ ਹਾਂਜੀ ਡੁੱਬਦਾ ਹੈ ਤਾਂ ਹਰਿਆਣਾ ਜਾਂ ਰਾਜਸਥਾਨ ਹੈ, ਜੇ ਉਹ ਨਹੀਂ ਡੁੱਬਦੇ ਤਾਂ ਉੱਥੇ ਪਾਣੀ ਛੱਡੇ ਜਾਣ ਦਾ ਨੁਕਸਾਨ ਕੀ ਹੈ। ਸ਼ਾਇਦ ਉਹਨਾਂ ਦੇ ਨਾਲ ਸਰਕਾਰ ਦੇ ਨਾਲ ਜੇ ਥੋੜੇ ਵਧੀਆ ਰਿਲੇਸ਼ਨ ਹੋਣ, ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਸਮੱਸਿਆ ਹੋਊਗੀ। ਪਾਕਿਸਤਾਨ ਵਾਲੇ ਪਾਸੇ ਆਪਾਂ ਕੋਟ ਹਿੰਦੂਮਲ ਵਾਲੀ ਗੱਲ ਕਰੀਏ ਤਾਂ ਉਹਨਾਂ ਨੇ ਪਤਾ ਲੱਗਿਆ ਕਿ 10 ਜਿਹੜੇ ਫਲੱਡ ਗੇਟ ਹੈ, ਜਿਹਨਾਂ ਦਾ ਮੈਂ ਉਦੋਂ ਜ਼ਿਕਰ ਕੀਤਾ ਸੀ ਨਾ, ਪਾਕਿਸਤਾਨ ਨੇ ਗੇਟ ਖੋਲੇ ਨੇ, ਇਹ ਨਹੀਂ ਪਤਾ ਭਾਰਤ ਵਾਲੇ ਪਾਣੀ ਆ ਰਿਹਾ ਭਾਰਤ ਵਾਲੇ ਪਾਸੇ ਜਾਂ ਇਧਰੋਂ ਜਾ ਰਿਹਾ। ਹੁਣ ਜਿਹੜੀ ਅੱਛਾ ਜੀ ਕਨਫਰਮੇਸ਼ਨ ਪਹੁੰਚੀ ਹੈ, ਉਸੇ ਦਿਨ ਹੀ ਬਾਅਦ 'ਚ ਮੈਂ ਕਨਫਰਮ ਵੀ ਕੀਤਾ ਸੀ, ਹੋਰਾਂ ਨੂੰ ਵੀ ਪਤਾ ਲੱਗ ਗਿਆ ਕਿ ਉਹ ਜਿਹੜਾ ਪਾਣੀ ਹੈ ਉਹ ਪਾਕਿਸਤਾਨ ਨੇ ਆਪਦੇ ਵਾਲੇ ਪਾਸੇ ਲਗਾਉਣਾ ਸ਼ੁਰੂ ਕਰਤਾ। ਮਤਲਬ ਕਿ ਉਹਨਾਂ ਨੂੰ ਇਹ ਲੱਗਿਆ ਕਿ ਜੇ ਭਾਰਤ ਡੁੱਬਦਾ ਤਾਂ ਯਾਰ ਸਾਡੇ ਵਾਲੇ ਪਾਸੇ ਨੁਕਸਾਨ ਨਹੀਂ ਹੈ, ਤਾਂ ਉਹਨਾਂ ਨੇ ਉਹ ਗੇਟ ਖੋਲਤੇ। ਸੋ ਜੇ ਚੰਗੀ ਹਾਂਜੀ ਗੱਲ ਆ, ਉਹਦੀ ਕਿਸੇ ਨੇ ਸਿਫਤ ਹੀ ਨਹੀਂ ਕੀਤੀ, ਉਹਦੀ ਵੀ ਤਾਂ ਕਰਨੀ ਚਾਹੀਦੀ ਹੈ। ਸੋ ਚਲੋ ਕੁੱਲ ਮਿਲਾ ਕੇ ਸਮੱਸਿਆ ਜਿਹੜੀ ਹੜ੍ਹਾਂ ਦੀ ਬਰਕਰਾਰ ਤਾਂ ਹੈਗੀ ਹੈ, ਪਰ ਅੱਗੇ ਨਾਲੋਂ ਥੋੜੇ ਜਿਹੇ ਖਦਸ਼ੇ ਘਟੇ ਨੇ। ਪਾਣੀ ਦਾ ਪੱਧਰ ਵੀ ਨੀਵਾਂ ਹੋਇਆ, ਪਟਿਆਲੇ ਦੀ ਜੇ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚੋਂ ਵੀ ਵਹਾਅ ਘਟਿਆ। ਘੱਗਰ ਨਦੀ ਹਾਂਜੀ ਤੋਂ ਪਾਣੀ ਹੈ ਜਿਹੜਾ ਅੱਗੇ ਜਾਣਾ ਸ਼ੁਰੂ ਹੋਇਆ। ਕਾਰਨ ਇਹ ਹੈ ਕਿ ਗਾਹਾਂ ਕਿੱਥੋਂ ਤੱਕ ਇਹ ਪਾਣੀ ਜਾਊਗਾ, ਕਿੱਥੋਂ ਤੱਕ ਨੁਕਸਾਨ ਕਰੂਗਾ, ਇਹ ਗੱਲਾਂ ਜ਼ਰੂਰ ਦੇਖਣ ਵਾਲੀਆਂ। ਰਾਜਸਥਾਨ ਹਾਂਜੀ ਦਾ ਜਿਹੜਾ ਹਨੂਮਾਨਗੜ੍ਹ ਇਲਾਕਾ ਹੈ, ਉੱਥੇ ਵੀ ਸਰਕਾਰੀ ਸਕੂਲ ਬੰਦ ਕਰਨ ਦੀ ਖਬਰ ਕੱਲ੍ਹ ਆ ਗਈ ਸੀਗੀ ਕਿ ਸਕੂਲ ਬੰਦ ਕੀਤੇ ਜਾਣ। ਉੱਥੇ ਹਜੇ ਹੜ੍ਹ ਨਹੀਂ ਆਏ, ਪਰ ਖਤਰਾ ਤੇ ਖਦਸ਼ਾ ਉੱਥੇ ਵੀ ਬਰਕਰਾਰ।